ਆਉਂਦੇ ਆ ਬੀਜੇਪੀ ਨੂੰ ਲੱਗਦਾ ਸੀ ਕਿ ਘੱਟ ਗਿਣਤੀਆਂ ਦਾ ਘਾਣ ਕਰਕੇ ਅਸੀਂ ਵੋਟਾਂ ਲੈ ਲਾਂਗੇ, ਅਸੀਂ ਘੱਟ ਗਿਣਤੀਆਂ ਨੂੰ ਦੱਬ ਕੇ ਅਸੀਂ ਦੁਬਾਰਾ ਸੱਤਾ ਤੇ ਆ ਜਾਂਗੇ। ਤੇ ਲਗਾਤਾਰ ਉਹਨਾਂ ਨੇ ਘੱਟ ਗਿਣਤੀਆਂ ਦਾ ਘਾਣ ਕੀਤਾ, ਕਦੇ ਸਾਈਆਂ ਦਾ ਕੀਤਾ, ਕਦੇ ਮੁਸਲਮਾਨਾਂ ਦਾ ਕੀਤਾ, ਕਦੇ ਦਲਿਤਾਂ ਦਾ ਕੀਤਾ, ਕਦੇ ਸਿੱਖਾਂ ਦਾ ਕਾਂਡ ਕੀਤਾ, ਕਦੇ ਕਮਿਊਨਿਸਟਾਂ ਦਾ ਕਾਂਡ ਕੀਤਾ। ਉਸ ਨੂੰ ਲੱਗਦਾ ਕਿ ਅਸੀਂ ਬਹੁਤ ਗਿਣਤੀ ਦੇ ਵੋਟ ਆ ਉਸ ਨੂੰ ਪ੍ਰਭਾਵ ਕਰਕੇ ਦੁਬਾਰਾ ਨੰਬਰ ਚ ਪਾਵਾਂਗੇ। ਉਸ ਦੇ ਮੁਤਾਬਕ ਅੱਜ ਸੂਬਿਆਂ ਦੇ ਵੱਧ ਅਧਿਕਾਰ ਖੋਹੇ ਜਾ ਰਹੇ ਆ, ਸੂਬਿਆਂ ਦੇ ਜੋ ਰਾਇਟ ਬਣਦੇ ਉਹਨਾਂ ਨੂੰ ਖੋਹਿਆ ਜਾ ਰਿਹਾ, ਜਿਹੜੇ ਲੋਕ ਗੱਲ ਕਹਿੰਦੇ ਆ ਉਹਨਾਂ ਦੀ ਜ਼ਮਾਨਤ ਮੰਗ ਕੀਤੀ ਜਾ ਰਹੀ ਆ। ਉਹਨਾਂ ਦੀ ਨਵੀਂ ਨਵੀਂ ਬਣੀ ਬੀਜੇਪੀ ਦੀ ਤੇ ਆਮ ਪਾਰਟੀ ਉਹ ਵੀ ਉਸੇ ਰਾਹ ਤੇ ਚੱਲਦੇ ਆ, ਸੁਪਰੀਮ ਕੋਰਟ ਦੇ ਜੱਜ ਆ ਉਹ ਵੀ ਉਹਦੇ ਮੁਤਾਬਕ ਚੱਲਦੇ ਆ, ਭਾਰਤ ਦੇ ਗਵਰਨਰ ਉਹ ਵੀ ਬੀਜੇਪੀ ਮੁਤਾਬਕ ਚੱਲਦੇ ਆ। ਬਹੁਤੇ ਭਰਾਵਾਂ ਨੂੰ ਲੱਗ ਸਕਦਾ ਕਿ ਕੋਰਟ ਮੁਤਾਬਕ ਫੈਸਲਾ ਹੁੰਦਾ, ਸਾਰਿਆਂ ਨੇ ਜੱਜਮੈਂਟ ਪੜ੍ਹੀ ਹੋਊਗੀ। ਜਦੋਂ ਅਯੁੱਧਿਆ ਦੇ ਮਾਮਲੇ ਤੇ ਆਈ ਆ ਮੰਨਿਆ ਕਿ ਕੋਈ ਉੱਥੇ ਪ੍ਰੂਫ ਨਹੀਂ ਕਿ ਇੱਥੇ ਰਾਮ ਦਾ ਮੰਦਰ ਸੀ, ਪਰ ਅਸੀਂ ਫਿਰ ਵੀ ਬਹੁਤ ਲੋਕਾਂ ਦੀਆਂ ਭਾਵਾਂ ਨੂੰ ਧਿਆਨ ਚ ਰੱਖ ਕੇ ਕਹਿੰਦੇ ਹਾਂ ਕਿ ਇੱਥੇ ਮੰਦਰ ਬਣਾਇਆ ਜਾਵੇ। ਜਾਣੀ ਕਿ ਕਾਨੂੰਨ ਨੂੰ ਸਿੱਕੇ ਟੰਗ ਕੇ ਤੇ ਉਹਨਾਂ ਦੇ ਹਮਾਇਤ ਦੇ ਵਿੱਚ ਅੱਜ ਜਿੰਨੇ ਫੇਸਬੁੱਕੀਏ ਆ, ਜਿੰਨੀਆਂ ਸਿਆਸੀ ਪਾਰਟੀਆਂ ਤੇ ਸਾਰਿਆਂ ਨੇ ਰਾਮ ਲੱਲਾ ਦੀ ਵਧਾਈ ਦਿੱਤੀ ਆ। ਉਹ ਲੋਕਾਂ ਤੁਹਾਨੂੰ ਘੱਟ ਗਿਣਤੀ ਵਾਲਿਆਂ ਨੂੰ ਬੀਜੇਪੀ ਆਉਣ ਵਾਲੇ ਦਿਨਾਂ ਦੇ ਵਿੱਚ ਦੱਬਣਾ ਚਾਹੁੰਦੀ ਆ ਤੇ ਉਹ ਤੁਹਾਨੂੰ ਇੱਕ ਇੱਕ ਤੁਹਾਡਾ ਸੰਯੁਕਤ ਮੋਰਚਾ ਕਿ ਜਿਹੜਾ ਤੁਹਾਨੂੰ ਬਚਾ ਸਕਦਾ, ਉਹ ਸੰਯੁਕਤ ਮੋਰਚਾ ਜਿਹੜਾ ਸਿਰ ਜੁੜ ਕੇ ਲੜਦਾ ਦਿੱਲੀ ਦੇ ਬਾਰਡਰਾਂ ਤੇ ਆਪਾਂ ਲੜੇ ਆ ਕੋਲ ਤੇ ਜਿੱਤ ਗਏ ਆ। ਅੱਜ ਦੁਨੀਆਂ ਦੇ ਵਿੱਚ ਕੋਈ ਵੀ ਐਡੀ ਤਾਕਤ ਨਹੀਂ ਕਿ ਜਿਹੜੀ ਇਕੱਲੀ ਮੰਗ ਬਣਾ ਕੇ ਆ ਜੇ। ਅੱਜ ਤੁਸੀਂ ਸਮੱਚੀਆਂ ਟ੍ਰੇਨ ਦੁਨੀਆਂ ਛੜਕ ਜਾਏ ਹੋ ਤਾਂ ਬੀਜੇਪੀ ਨੂੰ ਤੇ ਇਹ ਸੁਣਨਾ ਹੋਣਾ, ਬੀਜੇਪੀ ਨੂੰ ਕਿਹੜੇ ਤਾਰੇ ਦਿਖਾਏ ਜਾ ਰਹੇ ਆ। ਬੀਜੇਪੀ ਨੂੰ ਇਹ ਲੱਗਦਾ ਕਿ ਇੱਕ ਵਾਰ ਫਿਰ ਕਿਸਾਨ ਆ, ਪੰਜਾਬ ਦੇ ਲੋਕ ਆ, ਇਹਨਾਂ ਨੇ ਅਗਵਾਈ ਕੀਤੀ ਆ ਤਾਂ ਜੇ ਇਹਨਾਂ ਨੇ ਅਗਵਾਈ ਕੀਤੀ ਆ ਇਹ ਜਿੱਤ ਵੱਲ ਲੈ ਕੇ ਜਾਣਗੇ। ਇਹ ਸੋਚੋ ਬੀਜੇਪੀ ਵਿੱਚ ਧੜਕਾ ਕਿ ਇਹਨਾਂ ਨੂੰ ਕਿਵੇਂ ਰੱਖਿਆ ਜਾ ਸਕੇ, ਇਹਨਾਂ ਨੂੰ ਰੋਕਣ ਦੀ ਖਾਤਰ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਜਾ ਰਹੇ ਆ, ਤਰ੍ਹਾਂ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ। ਉਹਨਾਂ ਨੂੰ ਲੱਗਦਾ ਕਿ ਅਸੀਂ ਸੰਯੁਕਤ ਮੋਰਚੇ ਨੂੰ ਕਮਜ਼ੋਰ ਕਰਕੇ ਅਸੀਂ ਪਤਾ ਨੀ ਬਹੁਤ ਕੁਛ ਪਜਲਾ ਲਾਂਗੇ, ਬਹੁਤ ਕੁਛ ਪ੍ਰਾਪਤ ਕਰ ਲਾਂਗੇ। ਇਹ ਬੀਜੇਪੀ ਦਾ ਭੁਲੇਖਾ ਅੱਜ ਇਹ ਸੰਯੁਕਤ ਮੋਰਚੇ ਦੀ ਗੱਲ ਤੇ ਹਾਜ਼ਰੀ ਲੱਗੀ ਕਿ ਪੂਰਾ ਭਾਰਤ ਬਣਦਾ। ਇਹ ਤਾਂ ਹੋਇਆ ਕਿ ਜੇ ਸੰਯੁਕਤ ਮੋਰਚੇ ਦੀ ਸਹੀ ਗਵਾਹੀ ਆ, ਇਹ ਤਾਂ ਹੋਇਆ ਕਿ ਪੰਜਾਬ ਦੀਆਂ ਸਹੀ ਗਵਾਹੀ ਆ ਜਥੇਬੰਦੀਆਂ ਦੀ, ਕਿ ਜਿਹੜੇ ਫੇਸਬੁੱਕ ਤੇ ਆ ਸਾਡੇ ਜਥੇਬੰਦੀਆਂ ਦੇ ਆਗੂ ਨੂੰ ਗਾਲਾਂ ਦਿੰਦੇ ਆ, ਕਿ ਦਿੱਲੀ ਨਹੀਂ ਜਾਂਦੇ, ਇਹਨਾਂ ਦੀਆਂ ਲੱਤਾਂ ਨਹੀਂ ਭਰ ਜਾਂਦੀਆਂ, ਇਹ ਕਾਂਗਰਸ ਆ, ਇਹ ਸਿੱਖਾਂ ਵਿਰੋਧੀ ਆ। ਅਸੀਂ ਬਾਬੇ ਨਾਨਕ ਦੇ ਪੈਰੋਕਾਰ ਆ, ਅਸੀਂ ਗੁਰੂ ਨਾਨਕ ਦੇਵ ਦੇ ਪੈਰੋਕਾਰ ਆ, ਕਿ ਕਦੇ ਵੀ ਜ਼ੁਲਮ ਹੁੰਦਾ ਅਸੀਂ ਡਰ ਕੇ ਖੜਦੇ ਆ, ਕਿਰਤ ਕਰਨ ਦੇ ਨਾਲ ਖੜਦੇ ਆ, ਜਦੋਂ ਦੇ ਖਿਲਾਫ ਖੜਦੇ ਆ। ਜਦੋਂ ਇਹ ਆਈ ਗਏ ਬਾਬੇ ਨਾਨਕ ਦੇ ਸੱਚੇ ਕਾਮਰੇ ਆ, ਕਾਮਰੇ ਅੰਗਰੇਜ਼ੀ ਦਾ ਸਾਡਾ ਦੋਸਤ ਆ, ਤੇ ਇਹਨਾਂ ਤੋਂ ਬਿਨਾਂ ਦੋਨਾਂ ਦੇ ਵਿੱਚ ਕੋਈ ਵੀ ਜਿਹੜੀ ਤਾਕਤ ਆ ਇਹਨਾਂ ਤੋਂ ਬਿਨਾਂ ਤੇ ਹੈਰਾਨ ਨਹੀਂ ਚੱਲਦੀ। ਤੇ ਜੇ ਪੰਜਾਬ ਦੇ ਲੋਕ ਹਿੰਦੁਸਤਾਨ ਦੇ ਕੇਤੀ ਇੱਕ ਵਾਰ ਫਿਰ ਮੋਦੀ ਦੀਆਂ ਗੋਡੀਆਂ ਲਵਾਵਾਂਗੇ ਤੇ ਜਿਹੜੀਆਂ ਹਿੰਦੀਆਂ ਮੰਗਾਂ ਬਣਾਵਾਂਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਅਮਰਜੀਤ ਸਾਹਨੀ ਦਾ।
ਬੇਨਤੀ ਹੈ ਵੀਰਵਾਰ ਕੇ ਸਾਰੇ ਖੜੇ ਆ, ਪਿੱਛੇ ਸਟੇਜ ਦੇ ਖੜੇ ਆ, ਸਾਰੇ ਜਾਣੇ ਖੜ ਜਾਓ, ਖਾਲੀ ਜਗ੍ਹਾ ਢੱਕ ਦਿਓ, ਖੜ ਜਾਓ ਯਾਰ, ਆਗੂ ਬੰਦੇ ਹੋ, ਜ਼ਿੰਮੇਵਾਰ ਬੰਦੇ ਹੋ, ਸਾਰੇ ਕਿਸਾਨ ਵੀਰ। ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਕਿਸਾਨ ਵੀਰ ਇੱਥੇ ਬੈਠੋ, ਆ ਕਵਰਿੰਗ ਵਾਲੇ ਕਵਰਿੰਗ ਕਰ ਰਹੇ ਆ ਤੇ ਖਾਲੀ ਜਗ੍ਹਾ ਭੈੜੀ ਲੱਗਦੀ ਆ, ਇਸ ਕਰਕੇ ਖਾਲੀ ਜਗ੍ਹਾ ਭਰੋ। ਟਰਾਲੀ ਪਾਸੇ ਕਰਕੇ ਵਿਆਹ ਦੀ ਗੱਡੀਆਂ ਜਿਹੜੀਆਂ ਉਹ ਖੜਾ ਦਿਓ ਇਧਰਲੇ ਪਾਸੇ, ਇਹਨਾਂ ਨੇ ਮੇਲਾ ਗੋਲੀਆਂ ਸਹਿ ਜਾਣਾ, ਇੱਕ ਟਰਾਲੀ ਪਾਸੇ ਕਰਕੇ ਵੀ ਬਣ ਕੇ ਉੱਠ ਖੜੇ ਆ, ਉਹਨੂੰ ਟਪਾਓ। ਤੇ ਸਾਡੇ ਜਿਹੜਾ ਪ੍ਰਧਾਨ ਧੰਜਰ ਸਾਹਿਬ ਜੀ ਮਨਜੀਤ ਸਿੰਘ ਜੀ ਧੰਜਰ